ਦੱਸਿਆ ਜਿਉਂਦਾ ਰਹਿ ਪੁੱਤ, ਲੰਬੀਆਂ ਉਮਰਾਂ ਮਾਣੇ। ਨੌਜਵਾਨ ਮੁੰਡੇ ਮੋਢੇ 'ਤੇ ਹੱਥ ਧਰ ਕੇ ਸੈਲਫੀ ਕਰਾਉਂਦੇ ਆ, ਮੇਰੀ ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ ਸ਼ਾਮ ਨੂੰ, ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਹੈ ਸ਼ਾਮ ਨੂੰ। ਫਿਰ ਮੈਂ ਸੋਚਦਾ ਜਾ ਕੇ ਸ਼ੀਸ਼ੇ ਮੂਹਰੇ ਖੜ੍ਹ ਕੇ, ਭਗਵੰਤ ਮਾਨਾ, ਇਹ ਤੋਂ ਵੱਧ ਹੋਰ ਕੀ ਚਾਹੁੰਦਾ ਤੂੰ? ਇਸ ਤੋਂ ਵੱਡਾ ਤੇਰੇ ਕੋਲ ਹੋਰ ਕੀ ਹੋ ਸਕਦਾ ਖਜ਼ਾਨਾ ਕਿ ਇੰਨਾ ਪਿਆਰ ਲੋਕਾਂ ਦਾ ਤੈਨੂੰ ਮਿਲ ਰਿਹਾ? ਇੱਕ ਪਾਸੇ ਤਾਂ ਫੁੱਲ ਡਿੱਗ ਰਹੇ ਨੇ, ਗੱਡੀ ਰੋਕਣੀ ਪੈ ਜਾਂਦੀ ਹੈ ਕਈ ਵਾਰੀ ਕਿ ਯਾਰ ਥੋੜ੍ਹੇ ਜਿਹੇ ਫੁੱਲ ਕੱਢ ਕੇ ਬੈਠਣ ਨੂੰ ਜਗ੍ਹਾ ਬਣਾਈਏ। ਇੱਕ ਪਾਸੇ ਤਾਂ ਆਹ ਪਿਆਰ ਹੈ ਅਤੇ ਦੂਜੇ ਪਾਸੇ ਅਕਾਲੀ ਕਾਂਗਰਸੀ ਅਤੇ ਭਾਜਪਾ ਵਾਲੇ ਹੈ, ਉਹਨਾਂ ਨਾਲ ਹੱਥ ਮਿਲਾ ਕੇ ਬਾਅਦ 'ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ, ਪੂਰੀਆਂ ਨੇ ਜਾਂ ਲੈ ਗਏ ਕਦੀ। ਉਹਨਾਂ ਦੀ ਆਹ ਹਾਲਤ ਹੈ ਯਾਰ, ਇਹਦਾ ਪੁਰਾਣੇ ਜਨਮਾਂ ਦਾ ਕੋਈ ਪੁੰਨ ਨਹੀਂ ਹੈ ਜਿਹੜਾ ਮਿਲੀ ਜਾਂਦਾ। ਦੋ ਟਾਈਮ ਇਹੀ ਅਰਦਾਸ ਕਰਦੇ ਹਾਂ, ਪਰਮਾਤਮਾ ਜਿੰਨੀ ਕੁ ਇੱਜ਼ਤ ਬਣਾਈ ਹੈ ਕਾਇਮ ਰੱਖੀ, ਭਾਵੇਂ ਵਧਾਈ ਨਾ ਪਰ ਘਟਣ ਨਾ ਦੇਈ, ਕੋਈ ਇਹੋ ਜਿਹਾ ਫੈਸਲਾ ਨਾ ਕਰਾ ਲਈ ਜਿਹਦੇ ਨਾਲ ਕਿਸੇ ਗਰੀਬ ਘਰ ਦਾ ਕੋਈ ਚੁੱਲ੍ਹਾ ਬੁੱਝਦਾ ਹੋਵੇ। ਹਮੇਸ਼ਾ ਇਹੋ ਜਿਹੇ ਫੈਸਲੇ ਕਰਾਈ ਜਿਹਦੇ ਨਾਲ ਕਿਸੇ ਗਰੀਬ ਦੇ ਘਰ ਦੇ ਚੁੱਲ੍ਹੇ ਦੀ ਅੱਗ ਬਲਦੀ ਹੋਵੇ, ਉਹਨਾਂ ਦੇ ਘਰੇ ਤਰੱਕੀਆਂ ਦੀ ਜੋਤ ਜਗਦੀ ਹੋਵੇ। ਆਹੀ ਮੈਂ ਤਾਂ ਪਰ ਅਰਦਾਸ ਕਰਦਾ ਰਹੀ। ਸੋ ਵੀਰੋ, ਪੈਸੇ ਪੂਸੇ ਕਮਾਉਣ ਨਹੀਂ ਆਏ। ਕਿਤੇ ਸੋਚਦੇ ਹੋਵੋਗੇ ਵੀ ਪੈਸੇ ਨਾ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਹਾਂ, ਪੈਸੇ ਕਮਾਉਣੇ ਹੁੰਦੇ ਤਾਂ ਕਲਾਕਾਰੀ 'ਚੋਂ ਜਿੰਨੇ ਮਰਜ਼ੀ ਕਮਾ ਲੈਂਦੇ। ਅਰਵਿੰਦ ਕੇਜਰੀਵਾਲ ਜੀ ਇਨਕਮ ਟੈਕਸ ਦੇ ਕਮਿਸ਼ਨਰ ਨੇ, ਉਹਨਾਂ ਦੀ ਘਰਵਾਲੀ ਵੀ ਕਮਿਸ਼ਨਰ ਹੈ, ਦੋਨੇ ਜੀ ਜਿੰਨੇ ਮਰਜ਼ੀ ਪੈਸੇ ਕਮਾ ਲੈਂਦੇ। ਪੈਸੇ ਨਹੀਂ ਕਮਾਉਣੇ, ਸਿਰਫ ਲੋਕ ਕਮਾਉਣੇ ਨੇ, ਲੋਕਾਂ ਦਾ ਮਾਣ ਸਨਮਾਨ ਕਮਾਉਣਾ, ਹੋਰ ਕੁਝ ਨਹੀਂ ਕਮਾਉਣਾ। ਪੈਸੇ ਕਮਾਉਣ ਵਾਸਤੇ ਤਾਂ ਕੰਮ ਛੱਡੀ ਫਿਰਦੇ ਹਾਂ। ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ, ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ 'ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰਿਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ। ਮੇਰੇ ਵਰਗੇ ਨੂੰ ਕਿਸੇ ਨੇ ਕਿਹਾ, ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਕਿਸੇ ਕੰਮ ਕਾਰ 'ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰਿਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ। ਉਹ ਪੈਸੇ ਨਾਲ ਪੁਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਉਹ ਆਪਣਾ ਨਾਂ ਲਿਖਵਾ ਲੈਂਦਾ। ਅੱਗਿਓਂ ਜਵਾਬ ਆਇਆ, ਕਹਿੰਦਾ ਗੱਲ ਤਾਂ ਤੇਰੀ ਠੀਕ ਆ ਮਿੱਤਰਾ, ਉਹ ਮੈਂ ਪੈਸੇ ਬਹੁਤ ਕਮਾ ਲੈਂਦਾ, ਉਹ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ। ਉਹ ਕਿੰਨੇ ਧਨੀ ਹੋ ਤੁਰ ਗਏ, ਉਹ ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ੍ਹ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ, ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ, ਫਿਰ ਮਲਕ ਭਾਗੋ ਅਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ, ਫਿਰ ਉਦਾਸੀਆਂ ਕਰਕੇ ਕਿਰਤ ਕਰੋ ਦਾ ਵੰਡ ਛਕੋ ਦਾ ਹੋਕਾ ਕੌਣ ਦਿੰਦਾ। ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ, ਦੂਜਿਆਂ ਦੇ ਹੱਕ 'ਚ ਖੜਨ ਦਾ ਵੀ ਨਜ਼ਾਰਾ ਕੋਈ ਹੋਰ ਹੀ ਹੁੰਦਾ। ਬਸ ਸਾਡੇ ਗੁਰੂਆਂ ਨੇ ਸਾਨੂੰ ਇਹ ਦੱਸਿਆ, ਸਾਡੇ ਸ਼ਹੀਦਾਂ ਨੇ ਸਾਨੂੰ ਇਹ ਦੱਸਿਆ। ਸਰਬੰਸ ਬਾਰੇ ਹੋਏ ਨੇ ਸਾਡੇ ਗੁਰੂ ਨੇ, ਸਰਬੰਸ ਉਹਨਾਂ ਨੇ ਆਪਣੇ ਪਰਿਵਾਰ ਬਾਰੇ ਹੋਏ ਨੇ ਕਿ ਕੌਮ ਜ਼ਿੰਦਾ ਰਹੂਗੀ,
ਸੋ ਕੌਮ ਨੂੰ ਜ਼ਿੰਦਾ ਰੱਖਣ ਵਾਸਤੇ, ਦੇਸ਼ ਨੂੰ ਜ਼ਿੰਦਾ ਰੱਖਣ ਵਾਸਤੇ ਸਾਡੀਆਂ ਕੁਰਬਾਨੀਆਂ ਨੇ। ਅਸੀਂ ਉਹਨਾਂ ਕੁਰਬਾਨੀਆਂ ਨੂੰ ਯਾਦ ਵੀ ਰੱਖਣਾ, ਭੁੱਲਣਾ ਨਹੀਂ ਹੈਗਾ। ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ, ਆਪਾਂ ਯਾਦ ਰੱਖਣਾ ਉਹ ਗੱਲ। ਤਾਂ ਕਰਕੇ ਮੈਂ ਤੁਹਾਡੇ ਕੋਲ ਆਇਆ ਡੱਬਵਾਲੀ ਵਾਲਿਓ, ਇਹ ਕਹਿਣ ਵਾਸਤੇ ਕਿ ਹੁਣ ਮੈਨੂੰ ਜ਼ਿਆਦਾ ਦੂਰ ਇਹ ਨਾ ਕਿਹੋ ਡੱਬਵਾਲੀ ਦਾ ਭਗਵੰਤ ਮਾਨ ਆ ਗਿਆ, ਕਿਤੇ ਕਿੱਲਿਆਂ ਵਾਲੀ ਆ ਜਾਂਦਾ, ਕਿਤੇ ਫਤਿਹਾਬਾਦ ਆ ਜਾਂਦਾ, ਫਿਰ ਉੱਥੋਂ ਵੀ ਵੋਟਾਂ ਪੈ ਜਾਂਦੀਆਂ। ਵੀਰੋ, ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਨਹੀਂ ਮੰਗਣਾ ਆਇਆ, ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣਾ ਆਇਆ। ਸਾਰੇ ਤੁਸੀਂ ਭਗਵੰਤ ਮਾਨ ਬਣੋ, ਸਾਰੇ ਕੇਜਰੀਵਾਲ ਬਣੋ, ਤਾਂ ਕੰਮ ਹੋਊਗਾ। ਇਹ ਮੇਰਾ ਇਕੱਲੇ ਦਾ ਕੰਮ ਨਹੀਂ ਹੈਗਾ। ਤੁਸੀਂ ਸੋਚੋ ਵੀ ਮੈਂ ਇਕੱਲਾ, ਮੈਨੂੰ ਕੀ ਲੋੜ ਪੈ ਗਈ ਫਿਰ ਗਾਲਾਂ ਖਾਣ ਦੀ ਇਹਨਾਂ ਤੋਂ। ਪਰ ਜਿੰਨੇ ਚਿਰ ਤੁਸੀਂ ਮੇਰੇ ਨਾਲ, ਉਹਨਾਂ ਚਿਰ ਮੈਨੂੰ ਕੋਈ ਸ਼ਿਕਵਾ ਵੀ ਨਹੀਂ ਹੈਗਾ। ਸੋ ਇਸ ਕਰਕੇ ਤੁਹਾਡੇ ਕੋਲ ਆਇਆ, ਤੁਹਾਡੇ ਵਰਗਾ ਹੀ ਹਾਂ, ਪਹਿਲਾਂ ਵੀ ਐਂ ਸੀ, ਹੁਣ ਵੀ ਐਂ ਹਾਂ। ਮੈਨੂੰ ਪੱਤਰਕਾਰ ਕਹਿੰਦੇ, ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ, ਉਸ ਕੁਰਸੀ 'ਤੇ ਬੈਠ ਕੇ ਵੱਡਿਆਂ ਵੱਡਿਆਂ ਦੇ ਦਿਮਾਗ ਖਰਾਬ ਹੋ ਜਾਂਦੇ ਨੇ। ਮਾਨ ਸਾਹਿਬ, ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ? ਮੈਂ ਕਿਹਾ ਫਰਕ ਇੰਨਾ ਕੁ ਹੈ, ਜਿਹੜੇ ਪਹਿਲਾਂ ਵਾਲੇ ਨੇ ਉਹ ਕੁਰਸੀ 'ਤੇ ਬਹਿ ਕੇ ਮਸ਼ਹੂਰ ਹੁੰਦੇ ਸੀ, ਮੈਂ ਮਸ਼ਹੂਰ ਹੋ ਕੇ ਕੁਰਸੀ 'ਤੇ ਬੈਠਾ, ਆਹ ਫਰਕ ਆ ਬਸ। ਮੈਨੂੰ ਕੋਈ ਚਾਹ ਨਹੀਂ ਕਿ ਮੇਰੀ ਅਖਬਾਰ 'ਚ ਫੋਟੋ ਛਪੇ, ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ 'ਤੇ ਫੋਟੋ ਆਵੇ। ਮੈਨੂੰ ਇੱਕੋ ਹੀ ਚਾਹ ਹੈ ਕਿ ਮੇਰਾ ਪੰਜਾਬ, ਮੇਰਾ ਹਰਿਆਣਾ, ਮੇਰਾ ਦੇਸ਼ ਤਰੱਕੀ ਕਿਵੇਂ ਕਰੇ, ਇੱਕੋ ਹੀ ਚਾਹ ਹੈ ਬਸ। ਮੈਂ ਕਿਸੇ ਬੱਸਾਂ ਦੀ ਕੰਪਨੀ 'ਚ ਹਿੱਸਾ ਨਹੀਂ ਪਾਉਣਾ ਲੋਕੋ, ਮੈਂ ਕਿਸੇ ਖੱਡਾਂ 'ਚ ਹਿੱਸਾ ਨਹੀਂ ਪਾਉਣਾ, ਮੈਂ ਕਿਸੇ ਢਾਬਿਆਂ 'ਚ ਹਿੱਸਾ ਨਹੀਂ ਪਾਉਣਾ, ਮੈਂ ਕਿਸੇ ਦਾਰੂਆਂ ਦੇ ਠੇਕਿਆਂ 'ਚ ਹਿੱਸਾ ਨਹੀਂ ਪਾਉਣਾ। ਮੈਂ ਹਿੱਸਾ ਪਾਉਣਾ ਤਾਂ ਦੇਸ਼ ਦੇ 140 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ, ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ। ਜਿਤਨੇ ਮਰਜ਼ੀ ਇਕੱਠੇ ਕਰ ਲਓ ਪੈਸੇ, ਹੀਰੇ, ਮੋਤੀ, ਮਗਰ ਖਿਆਲ ਇਤਨਾ ਰਹੇ, ਕਫਨ ਪੇ ਜੇਬ ਨਹੀਂ ਹੋਤੀ। ਸਭ ਕੁਛ ਇੱਥੇ ਰਹਿ ਜਾਂਦਾ, ਉਹ ਕਫਨ 'ਤੇ ਜੇਬ ਨਹੀਂ ਹੁੰਦੀ, ਜਿਹੜਾ ਆਖਰੀ ਕੱਪੜਾ ਮਿਲਦਾ ਉਹ 'ਤੇ ਕੋਈ ਸਿਉਣ ਨਹੀਂ ਵੱਜੀ ਦੀ ਹੁੰਦੀ, ਐਂ ਮਿਲਦਾ ਇਕੱਲੇ ਹੀ। ਉਹ ਪੈਰ ਪਸਾਰ ਪਿਆ ਵਿੱਚ ਵਿਹੜੇ, ਕਿੱਥੇ ਗਏ ਤੇਰੇ ਘਰ ਦੇ? ਪੈਰ ਪਸਾਰ ਪਿਆ ਵਿੱਚ ਵਿਹੜੇ, ਕਿੱਥੇ ਗਏ ਤੇਰੇ ਘਰ ਦੇ? ਉਹ ਜਿੰਨਾ ਪਿੱਛੇ ਪਾਪ ਕਮਾਏ, ਹੁਣ ਚੱਕੋ 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 ਕਰਦੇ। ਘੰਟਾ ਨਹੀਂ ਰੱਖਦੇ ਮ੍ਰਿਤਕ ਦੇਹ ਨੂੰ, ਘੰਟਾ ਨਹੀਂ ਰੱਖਦੇ। ਉਹ ਕਹਿੰਦੇ ਕਿੱਲਿਆਂ ਵਾਲੀ ਭੂਆ ਪਰਸੋਂ ਨੂੰ ਫੁੱਲਾਂ 'ਤੇ ਆਜੂ, ਇੱਕ ਵਾਰੀ ਚੱਕੀਏ ਚੱਕੀਏ, ਚਲੋ ਚਲੋ। ਸੋ ਕਾਹਦੇ ਵਾਸਤੇ ਤੁਸੀਂ ਯਾਰ ਪਾਪ ਕਮਾਈ ਜਾਂਦੇ ਹੋ, ਗਰੀਬਾਂ ਦੇ ਪੈਸੇ ਤੁਸੀਂ ਲੁੱਟੀ ਜਾਂਦੇ ਹੋ, ਬਦਦੁਆਵਾਂ ਲਈ ਜਾਂਦੇ ਹੋ। ਇਸ ਕਰਕੇ ਵੀਰੋ, ਕਿਸੇ ਦਾ ਹੱਕ ਨਾ ਮਾਰੋ, ਆਹੀ ਆਪਣੀ ਸੋਚ ਹੈ। ਗਰੀਬਾਂ ਨੂੰ ਨੌਕਰੀਆਂ ਦੇਵਾਂਗੇ, ਪੜ੍ਹਾਵਾਂਗੇ, ਤੁਹਾਨੂੰ ਹਸਪਤਾਲ ਦੇਵਾਂਗੇ, ਬਿਜਲੀ ਫਰੀ ਦੇਵਾਂਗੇ, ਨੌਕਰੀਆਂ ਦੇਵਾਂਗੇ, ਨਾਲ ਹਸਪਤਾਲਾਂ ਦੇ ਵਿੱਚ ਦਵਾਈਆਂ ਸਭ ਕੁਛ ਫਰੀ ਮਿਲੂਗਾ। ਜੋ ਅੱਜ ਲੋਕਾਂ ਲਈ ਮਜਬੂਰੀ ਹੈ, ਮੈਂ ਉਹਨੂੰ ਮਰਜ਼ੀ 'ਚ ਬਦਲਣੀ ਚਾਹੁੰਦਾ। ਅੱਜ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਾਉਣਾ ਮਜਬੂਰੀ ਹੈ, ਕਿਉਂਕਿ ਸਰਕਾਰੀ ਵਾਲੇ ਤੋਂ ਯਕੀਨ ਉੱਠ ਗਿਆ, ਡਾਕਟਰ ਨਹੀਂ ਹੈਗੇ, ਮਸ਼ੀਨਾਂ ਨਹੀਂ ਹੈਗੀਆਂ, ਮਜਬੂਰਨ ਪ੍ਰਾਈਵੇਟ 'ਚ ਇਲਾਜ ਕਰਾਉਣਾ ਪਊਗਾ, ਨਹੀਂ ਤਾਂ ਮਰ ਜੂਗਾ ਬੰਦਾ। ਚੱਲ ਜਿਹੜੀ 4 ਖਿੱਤੇ ਹੈਗੀ ਆ ਵੇਚ ਦਿੰਦੇ ਹਾਂ, ਬੰਦਾ ਬਚਾ ਲਈਏ, ਮਜਬੂਰੀ ਹੈ। ਅੱਜ ਪ੍ਰਾਈਵੇਟ ਸਕੂਲ 'ਚ ਬੱਚਾ ਪੜ੍ਹਾਉਣਾ ਮਜਬੂਰੀ ਹੈ ਗਰੀਬ ਦੀ, ਸਰਕਾਰੀ 'ਤੇ ਯਕੀਨ ਨਹੀਂ ਰਿਹਾ। ਨਾ ਉੱਥੇ ਟੀਚਰ ਹੈ, ਨਾ ਉੱਥੇ ਫਰਨੀਚਰ ਹੈ,
ਨਾ ਉੱਥੇ ਬਾਥਰੂਮ ਹੈ ਨਾ ਨਾ ਕਿਤਾਬਾਂ ਨੇ। ਕਹਿੰਦਾ ਚੱਲ ਕੋਈ ਨਹੀਂ, ਆਪਦੀ ਤਾਂ ਜਿਵੇਂ ਜਿਵੇਂ ਲੰਘ ਜੂਗੀ ਜਵਾਕ ਪੜ੍ਹਾ ਲਈਏ। ਮੈਂ ਡੱਬ ਵਾਲੀ ਵਾਲਿਓ, ਹਰਿਆਣੇ ਵਾਲਿਓ, ਇਹ ਗੱਲ ਨੋਟ ਕਰ ਲਿਓ, ਅਰਵਿੰਦ ਕੇਜਰੀਵਾਲ ਜੀ ਨਾਲ, ਉਹ ਮੇਰੇ ਸੁਪਰੀਮੋ ਨੇ, ਅਸੀਂ ਇਕੱਠੇ ਗੱਲ ਕਰਦੇ ਹਾਂ। ਅਸੀਂ ਇਹ ਮਜਬੂਰੀਆਂ ਨੂੰ ਮਰਜ਼ੀ 'ਚ ਬਦਲਣੀਆਂ ਚਾਹੁੰਦੇ ਹਾਂ। ਅੱਜ ਤੋਂ ਕੁਛ ਸਾਲ ਬਾਅਦ ਤੁਹਾਡੀ ਮਰਜ਼ੀ ਹੋਊਗੀ, ਇਲਾਜ ਪ੍ਰਾਈਵੇਟ 'ਚ ਕਰਾਉਣਾ ਪ੍ਰਾਈਵੇਟ 'ਚ ਕਰਾ ਲਿਓ, ਸਰਕਾਰੀ 'ਚ ਕਰਾਉਣਾ ਸਰਕਾਰੀ 'ਚ ਕਰਾ ਲਿਓ, ਇਲਾਜ ਇੱਕੋ ਜਿਹਾ, ਪਰ ਉੱਧਰ ਪੈਸੇ ਲੱਗਦੇ, ਇੱਧਰ ਪੈਸੇ ਵੀ ਨਹੀਂ ਲੱਗਣੇ। ਇਸੇ ਤਰ੍ਹਾਂ ਹੀ ਮਰਜ਼ੀ ਹੋਊਗੀ ਕਿ ਬੱਚਾ ਪ੍ਰਾਈਵੇਟ 'ਚ ਪੜ੍ਹਾਉਣਾ ਪ੍ਰਾਈਵੇਟ 'ਚ ਪੜ੍ਹਾ ਲਿਓ, ਸਰਕਾਰੀ 'ਚ ਪੜ੍ਹਾਉਣਾ ਸਰਕਾਰੀ 'ਚ ਪੜ੍ਹਾ ਲਿਓ, ਪੜ੍ਹਾਈ ਇੱਕੋ ਜਿਹੀ ਹੋਊਗੀ, ਫਰਕ ਇੰਨਾ ਕਿ ਉੱਧਰ ਫੀਸ ਲੱਗੂਗੀ, ਇੱਧਰ ਫੀਸ ਵੀ ਨਹੀਂ ਲੱਗਣੀ। ਆਹ ਗੱਲਾਂ ਲੈ ਕੇ ਫਿਰਦੇ ਹਾਂ ਤੁਹਾਡੇ।